हाँ जी दोस्तों, इस वेले की बड़ी तो अहम खबर स्क्रीन उपर चल रही वीडियो का कौड़ा सच जान के तुसी भी बेहद हैरान हो जाओगे। यह वीडियो कनेडा के शहर दी है जिथे कि एक पंजाबी भरा जो कि ट्रक ड्राइवर है, वह एक पंजाबी कुड़ी जो कि 21 साल दी है, उस नाल उसकी पत्नी ने रंगी हाथी फड़ लिया। आओ तुहानू पहला उस ट्रक ड्राइवर की वीडियो दिखा देना जिस विच उसने साफ साफ अते सच्चाई दसी है। मैं अपने जवाकां करके जिहड़ा घर आ मेरे जवाकां कोल आ, मैं उहदे करके उहनां नूं $6,000 महीने का दिंदा, ਤਾਂ ਉਹਦੀਆਂ ਮੈਂ ਸਟੇਟਮੈਂਟਾਂ ਦਿਖਾ ਸਕਦਾ ਸਾਰਾ ਕੁਛ। ਮੈਂ ਹਰੇਕ ਮਹੀਨੇ $6,000 ਉਹਨਾਂ ਨੂੰ ਦਿੰਦਾ, ਉਹ ਮੈਂ ਸਿਰਫ ਆਪਣੇ ਜਵਾਕਾਂ ਕਰਕੇ ਦਿੰਦਾ ਵੀ ਮੇਰੇ ਜਵਾਕ ਉਸ ਘਰ 'ਚ ਰਹਿੰਦੇ ਆ, ਹਨਾ। ਤਾਂ ਮੈਂ ਕਦੇ ਵੀ ਘਰ ਨਹੀਂ ਰਹਿੰਦਾ, ਮੈਂ ਸਿਰਫ ਇੱਕ ਦਿਨ ਘਰ ਜਾਂਦਾ ਸੀ ਜਿੱਦਣ ਮੈਂ ਪੈਸੇ ਦੇਣੇ ਹੁੰਦੇ ਸੀ, ਉਦੋਂ ਬਾਅਦ ਮੈਨੂੰ ਘਰੋਂ ਕੱਢ ਦਿੰਦੇ ਸੀ। ਉਹ ਇੱਕੀ ਦਿਨ ਜਿੱਦਣ ਮੇਰੇ ਪੈਸੇ ਲੈਣੇ ਹੁੰਦੇ ਸਿਰਫ ਉਦਣ ਮੈਨੂੰ ਘਰ ਵਾੜਦੇ ਸੀ। ਬੇਸ਼ੱਕ ਦੋਸਤੋ, ਪੰਜਾਬ ਦੇ ਲੱਖਾਂ ਲੋਕ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹਨ, ਉੱਥੇ ਹੀ ਇਹ ਵੀਡੀਓ ਕਈ ਪੰਜਾਬੀ ਲੋਕਾਂ ਦੀਆਂ ਅੱਖਾਂ ਖੋਲ੍ਹ ਦੇਵੇਗੀ। ਦੇਖੋ ਤੁਸੀਂ ਕੈਨੇਡਾ ਦੇ ਵਿੱਚ ਗਈਆਂ ਪੜ੍ਹਨ ਦੇ ਲਈ ਮੁਟਿਆਰਾਂ ਨਾਲ ਕਿਵੇਂ ਧੱਕਾ ਹੋ ਰਿਹਾ। ਇਸ ਵੀਡੀਓ ਦੇਖ ਕੇ ਤੁਹਾਡੀ ਕੀ ਰਾਏ, ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ। ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।